ਤਰਨਤਾਰਨ ਦੀ ਥਾਣਾ ਵਲਟੋਹਾ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਲੋਕਾਂ ਦੇ ਖਿਲਾਫ ਏਐਸਆਈ ਸਤਨਾਮ ਸਿੰਘ ਦੀ ਅਗਵਾਈ ਚ ਕਾਰਵਾਈ ਕਰਨ ਗਈ ਟੀਮ ਉੱਤੇ ਨਸ਼ਾ ਵੇਚਣ ਵਾਲਿਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਿਪਾਹੀ ਵਿਰਾਜ ਸਿੰਘ ਜ਼ਖਮੀ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਐਸਐਚਓ ਹਰਚੰਦ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਲਟੋਹਾ ਦਾ ਗੁਰਸਾਹਿਬ ਸਿੰਘ ਨਸ਼ੇ ਦਾ ਕਾਰੋਬਾਰ ਕਰਦਾ ਹੈ, ਜਿਸ ਦੇ ਬਾਅਦ ਪੁਲਿਸ ਪਾਰਟੀ ਵੱਲੋਂ ਉਸ ਦੇ ਘਰ ਰੇਡ ਕੀਤੀ ਗਈ ਤਾਂ ਗੁਰਸਾਹਿਬ ਸਿੰਘ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਪੁਲਿਸ ਦਾ ਇੱਕ ਵਿਅਕਤੀ ਵੀ ਜ਼ਖਮੀ ਹੋ ਗਿਆ, ਜਿਸ ਦੇ ਬਾਅਦ ਪੁਲਿਸ ਵੱਲੋਂ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਰ ਰਹੇ ਸੀਗੇ ਸ਼ਾਮ ਨੂੰ ਨਸ਼ਿਆਂ ਦੇ ਖਿਲਾਫ, ਤੇ ਜਦੋਂ ਸਰਚ ਕਰਦੇ ਕਰਦੇ ਗੁਰਸਾਹਿਬ ਸਿੰਘ ਏਲੀਅਸ ਗੋਰਾ ਪੁੱਤਰ ਜੰਗਾ ਸਿੰਘ ਇਹਨਾਂ ਦੇ ਘਰ ਦੇ ਨਜ਼ਦੀਕ ਪਹੁੰਚੇ। ਇਹਦੀ ਪਹਿਲਾਂ ਵੀ ਸ਼ਿਕਾਇਤ ਸੀਗੀ ਹੈਰਵਿੰਡ ਦੀ, ਛੋਟੀਆਂ ਛੋਟੀਆਂ ਕੁੜੀਆਂ ਜਿਹੜੀਆਂ ਸੀ ਇਹ ਸੇਲ ਕਰਦਾ, ਇਹ ਤਸਕਰੀ ਦੀ ਬਹੁਤ ਜ਼ਿਆਦਾ। ਇੱਕ ਦੋ ਬੰਦੇ ਪਹਿਲਾਂ ਵੀ ਅਸੀਂ ਫੜੇ ਸੀਗੇ, ਉਹ ਵੀ ਕਹਿੰਦੇ ਸੀ ਅਸੀਂ ਇੱਥੋਂ ਲੈ ਕੇ ਆਏ ਹਾਂ। ਅਤੇ ਜਦੋਂ ਇਹਦੇ ਘਰ ਦੀ ਸਰਚ ਕਰਨ ਵਾਸਤੇ ਪੁਲਿਸ ਪਾਰਟੀ ਉੱਧਰ ਨੂੰ ਮੁੜੀ ਅਤੇ ਇਹਨੇ ਦਰਵਾਜ਼ੇ ਦੇ ਵਿੱਚੋਂ ਪਿਛਾਂਹ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮੁਲਾਜ਼ਮ ਇਹਦੇ ਮਗਰ ਭੱਜੇ। ਉੱਥੇ ਇਹਨਾਂ ਦਾ ਆਪਸ 'ਚ ਤਕਰਾਰ ਹੋ ਗਿਆ ਮੁਲਾਜ਼ਮਾਂ ਨਾਲ। ਜਦੋਂ ਮੁਲਾਜ਼ਮਾਂ ਨਾਲ ਤਕਰਾਰ ਹੋ ਗਿਆ ਤਾਂ ਸਾਡੇ ਇੱਕ ਕੌਂਸਟੇਬਲ ਵਿਰਾਜ ਸਿੰਘ ਆ, ਉਹਨੇ ਇਹਨੂੰ ਜੱਫਾ ਮਾਰਿਆ ਸੀ। ਇਹਨੇ ਕੈਂਚੀ ਮੰਜੇ 'ਤੇ ਪਈ ਸੀ ਫੜ ਕੇ ਅਤੇ ਕੈਂਚੀ ਉਹਦੀ ਬਾਂਹ ਦੇ ਉੱਤੇ ਮਾਰਤੀ ਅਤੇ ਇਸੇ ਤਕਰਾਰ 'ਚ ਬਾਕੀ ਫੋਰਸ ਬਾਕੀ ਵਿਅਕਤੀਆਂ ਦੇ ਮਗਰ ਦੌੜ ਗਈ ਅਤੇ ਇਹ ਉਹ ਇਸ ਮੁਲਾਜ਼ਮ ਤੋਂ ਛੁੱਟ ਕੇ ਅਤੇ ਕੰਧ ਟੱਪ ਕੇ ਪਿੱਛੋਂ ਦੀ ਛਾਲ ਮਾਰ ਕੇ ਕੋਠੇ ਤੋਂ ਅਤੇ ਭੱਜ ਗਿਆ ਸੀ। ਅਤੇ ਇਹਦੇ ਸੰਬੰਧ 'ਚ ਅਸੀਂ ਜਿਹੜਾ ਵਾ ਉਹ ਮੁਕੱਦਮਾ ਨੰਬਰ 88/19 307/153/186/506/323/148/149 IPC ਥਾਣਾ ਬਲਟੋਹਾ ਵਿੱਚ ਦਰਜ ਕੀਤਾ ਦੋਸ਼ੀਆਂ ਦੇ ਖਿਲਾਫ। ਤਰਨ ਤਾਰਨ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ TV। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।